80 ਕੋੜੇ ਇਮਾਮ ਸਾਹਿਬ ਫਰਮਾਉਂਦੇ ਨੇ ਮੈਨੂੰ ਇਹੋ ਜਿਹਾ ਲੱਗੇ ਜੇ ਹਾਥੀ ਨੂੰ ਵੀ ਲੱਗਦੇ ਤਾਂ ਚੀਖ ਉੱਠਦਾ। 80 ਕੋੜੇ ਇਮਾਮ ਅਹਿਮਦ ਬਿਨ ਹੰਬਲ ਖਾਦੇ ਤੇ ਫਿਰ ਆਪ ਦੁਆ ਫਰਮਾਉਂਦੇ ਹੁੰਦੇ ਸਨ, ਰਹਿਮ ਅੱਲਾ ਅਬਲ ਹੈਸਮ ਅਫਰ ਅੱਲਾ ਅਬਿਲ ਹੈਸਮ, ਯਾ ਅੱਲਾ ਅਬੁਲ ਹੈਸਮ ਨੂੰ ਬਖਸ਼ ਦੇਵੀ, ਯਾ ਅੱਲਾ ਅਬੁਲ ਹੈਸਮ ਤੇ ਰਹਿਮ ਕਰੀ। ਆਪ ਦੇ ਬੇਟੇ ਅਬਦੁੱਲਾ ਕਹਿਣ ਲੱਗੇ, ਹਜ਼ੂਰ ਪੁੱਤਰ ਮੈਂ ਵਾ ਤੁਹਾਡਾ, ਇਹ ਦੁਆਵਾਂ ਕਿਹਦੇ ਵਾਸਤੇ ਕਰਨੇ ਹੋ ਦਿਹਾੜੀ ਰਾਤੀ? ਫਰਮਾਓ ਪੁੱਤਰਾ ਇਹ ਬਗਦਾਦ ਦਾ ਬੜਾ ਵੱਡਾ ਡਾਕੂ ਸੀ, ਲੁਹਾਰ ਜ਼ਾਤ ਦਾ ਲੁਹਾਰ ਹੈ ਤੇ ਡਾਕੂ ਬੜਾ ਵੱਡਾ ਹੈ। ਜਦੋਂ ਮੈਨੂੰ ਕੋੜੇ ਮਾਰਨ ਲੈ ਜਾ ਰਹੇ ਸਨ ਇੱਕ ਮੌਕੇ ਉੱਤੇ ਤੇ ਅੱਗੋਂ ਆ ਗਿਆ, ਕਹਿਣ ਲੱਗਾ ਹਜ਼ੂਰ ਮੈਂ ਚੋਰੀ ਦੀ ਖਾਤਰ 18,000 ਕੋੜੇ ਖਾਦੇ, ਚੰਦ ਕੋੜੇ ਖਾ ਕੇ ਹੱਕ ਨਾ ਛੋੜ ਦੇਵੋ, ਚੰਦ ਕੋੜੇ ਖਾ ਕੇ ਹੱਕ ਨਾ ਛੋੜ ਦੇਣਾ। ਕਹਿੰਦੇ ਨੇ ਉਸਦੀ ਇਹ ਗੱਲ ਮੈਨੂੰ ਖੜਾ ਕਰ ਗਈ, ਉਸਦੀ ਇਹ ਗੱਲ ਮੈਨੂੰ ਖੜਾ ਕਰ ਗਈ। ਅੱਜ ਸਦੀਆਂ ਬਾਅਦ ਜੁਮੇ ਦੇ ਟਾਈਮ ਅਬੁਲ ਹਸਨ ਦਾ ਜ਼ਿਕਰ ਹੋਇਆ ਕਿ ਨਾ ਹੋਇਆ?